जिस चुल्हे दे तुसी हुण दर्शन कर रहे हो कदी कलगीधर पिता जी ने इस चुल्हे तो बनिया होया प्रशादा छकिया सी। ये कमरा पिछे जिस दे तुसी दर्शन कर रहे हो जिसनू अज बुरज माई देसा कहा जाता है, ये कमरा है जिथे कलगीधर जी आके कदी सजे सन। अंदर पलंग है जिस दे उते कलगीधर जी एक दिन बैठे सन। इतिहास दी आप जी दे नाल सांझ पाउने हाँ। फतेह बुलाओ जी, वाहिगुरु जी का खालसा, वाहिगुरु जी की फतेह। संगत जी आपां अज भी खड़े हाँ चक फतेह सिंह वाला, बहुत इतिहासक पिंड है। बठिंडे तो अगे पुचो मंडी तो इधर रस्ता आउंदा है जिहड़ा सज्जे हाथ चक फतेह सिंह वाला, उत्थों सिर्फ 3-4 किलोमीटर दूर है। ये माई देसा कौन सी, क्यों कलगीधर पिता जी इत्थे आए सन? हुण ये भाई भगतू दे पोतरे संत दास दी पत्नी सी। ये संत दास जी दे 3 विआह होए सन। सो आ जिहड़ा कमरा तुसी देख रहे हो ये कमरा, इहदे अगे एक होर कमरा सी जिहड़ा थोड़ा जिहा उच्चा सी, उस तो अगे वेड़ा सी जिहड़ा होर थोड़ा जिहा उच्चा सी, तां अगे गली सी। ये घर जिहड़ा सी ये माई देसां दा सी। जिन्ना कमरा तुसी हुण देख रहे हो मिट्टी नाल लिपिया होया, यही इदां कमरा सी। इहदे उपर ही एक चुबारा सी जिहड़ा तिन्ने घर सांझा वरतदे सन। ये चुबारे दे थले ही माई देसां दी रहायश सी। तां हुण समझिए भाई संत दास दे 3 विआह होण करके जदों वंड वंडैया घर च होया, एक पत्नी तो पुत्र पैदा हो ही राम सिंह फतेह सिंह, उन्हां दा घर इधरले पासे सी। फिर आ गई कंध, फिर ये माई देसां जी जिन्हां दी कोई संतान नहीं सी उन्हां दा घर सी, कल्ले रहिंदे सीगे, उन्हां नूं बहुता बुलाया नहीं सी जांदा। फिर परले पासे जिहड़ी तीजा विआह सी उहदे तों भाई बख्तू सिंह ते तख्तू सिंह जी दा घर परले पासे कंध नाल सी। हुण 3 घर हन, वंड वंडैया होके विच 2 कंधां बन गईआं हन। ये माता जी दी रहायश है, इधर भी पुत्र रहिंदे हन, इधर भी पुत्र रहिंदे हन। कहण नूं तां माई देसां उन्हां दी मतरेई मां लगदी है, पर ਇਹ ਜ਼ਿਆਦਾ ਇਸ ਨੂੰ ਬੁਲਾਉਂਦੇ ਨਹੀਂ ਹਨ। ਇਹ ਵਿਚਾਰੀ ਇਕੱਲੀ ਆਪਣਾ ਸਮਾਂ ਬਤੀਤ ਕਰਦੀ ਹੈ, ਕਲਗੀਧਰ ਪਿਤਾ ਜੀ ਨੂੰ ਬਹੁਤ ਯਾਦ ਕਰਦੀ ਹੈ। ਸਾਰੇ ਦਿਨ ਦੇ ਵਿੱਚ ਇਹਨੂੰ 2 ਹੀ ਕੰਮ ਹਨ, ਇੱਕ ਤਾਂ ਆਪਣਾ ਪ੍ਰਸ਼ਾਦਾ ਬਣਾ ਕੇ ਛਕਣਾ ਹੈ ਅਤੇ ਦੂਜਾ ਨਾਮ ਸਿਮਰਨ ਕਰਨਾ ਹੈ। ਹੁਣ ਆਪਾਂ ਗੱਲ ਕੀਤੀ ਸੀ ਕਿਵੇਂ ਭਾਈ ਰਾਮ ਸਿੰਘ ਜੀ ਨੂੰ ਕਲਗੀਧਰ ਪਿਤਾ ਜੀ ਨੇ ਕਿਹਾ, ਅਤੇ ਫਿਰ ਉਹ ਇਸ ਪਿੰਡ 'ਚ ਆਏ, ਬਾਹਰ ਕਾਠ ਦੇ ਬੰਗਲੇ ਵਿੱਚ ਰੁਕੇ। ਜਿਹੜਾ ਕਾਠ ਦੇ ਬੰਗਲੇ ਵਾਲਾ ਸਥਾਨ ਹੈ ਤਕਰੀਬਨ ਇੱਥੋਂ 400 ਮੀਟਰ ਹੈ। ਸੰਗਤ ਜੀ ਗੁਰੂ ਸਾਹਿਬ ਉੱਥੇ ਇੱਕ ਰਾਤ ਰੁਕੇ। ਅਗਲੇ ਦਿਨ ਜਦੋਂ ਭਾਈ ਰਾਮ ਸਿੰਘ ਹੁਣਾਂ ਨੂੰ ਕਿਹਾ ਅੱਜ ਅਸੀਂ ਤੁਹਾਡੇ ਘਰ ਆਉਣਾ ਹੈ, ਪ੍ਰਸ਼ਾਦਾ ਇੱਥੇ ਛਕਣਾ ਹੈ, ਤਾਂ ਗੁਰੂ ਸਾਹਿਬ ਜੀ ਸਵੇਰੇ ਹੀ ਉੱਥੋਂ ਤਿਆਰ ਹੋ ਗਏ। ਮਾਈ ਦੇਸਾਂ ਨੂੰ ਵੀ ਖਬਰ ਪਹੁੰਚ ਗਈ, ਸਾਰੀ ਗਲੀ ਦੇ ਵਿੱਚ ਖਬਰ ਹੈ ਕਿ ਗੁਰੂ ਸਾਹਿਬ ਅੱਜ ਭਾਈ ਰਾਮ ਸਿੰਘ ਦੇ ਘਰ ਆ ਰਹੇ ਹਨ, ਇੱਧਰੋਂ ਗੁਰੂ ਸਾਹਿਬ ਜੀ ਨੇ ਆਉਣਾ ਹੈ। ਹੁਣ ਸੰਗਤਾਂ ਰਸਤੇ 'ਚ ਨਮਸਕਾਰ ਕਰ ਰਹੀਆਂ ਹਨ। ਹੁਣ ਫਿਰ ਗੱਲ ਨੂੰ ਸਮਝੀਏ, ਪਹਿਲਾਂ ਘਰ ਆਉਣਾ ਹੈ ਭਾਈ ਬਖਤੂ ਅਤੇ ਤਖਤੂ ਦਾ, ਫਿਰ ਆਉਣਾ ਹੈ ਮਾਈ ਦੇਸਾਂ ਦਾ, ਫਿਰ ਆਉਣਾ ਹੈ ਭਾਈ ਰਾਮ ਸਿੰਘ ਅਤੇ ਫਤਿਹ ਸਿੰਘ ਦਾ। ਹੁਣ ਭਾਈ ਰਾਮ ਸਿੰਘ ਉਹਨਾਂ ਨੂੰ ਲੈ ਕੇ ਆ ਰਹੇ ਹਨ, ਸਭ ਤੋਂ ਵੱਡੇ ਭਰਾ ਹਨ। ਉਹ ਨਹੀਂ ਚਾਹੁੰਦੇ ਕਿ ਗੁਰੂ ਸਾਹਿਬ ਉਹਨਾਂ ਦੇ ਸ਼ਰੀਕਾਂ ਦੇ ਘਰ ਪਹਿਲੇ ਜਾਣ। ਉਹ ਭਾਈ ਰਾਮ ਸਿੰਘ ਜੀ ਗੁਰੂ ਸਾਹਿਬ ਜੀ ਨੂੰ ਅੱਗੇ ਅੱਗੇ ਲੈ ਕੇ ਆ ਰਹੇ ਹਨ। ਹੁਣ ਇਹ ਮਾਈ ਦੇਸਾਂ ਇਸ ਗੱਲ ਤੋਂ ਝੱਕਦੀ ਹੈ ਕਿ ਮੈਂ ਇੱਕ ਔਰਤ ਹਾਂ, ਜੇ ਮੈਂ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਨ ਗਈ ਮੈਨੂੰ ਸ਼ਰੀਕ ਤੰਗ ਕਰਨਗੇ। ਪਰ ਇਸ ਨੇ ਇੱਕ ਖੇਸ ਬੁਣਿਆ ਹੋਇਆ ਹੈ ਜਿਹੜਾ ਇਹਦੀ ਬੜੀ ਲੰਮੇ ਸਮੇਂ ਦੀ ਮਿਹਨਤ ਹੈ। ਇਸ ਨੂੰ ਚਾਹੋ ਸੀ ਕਦੀ ਕਲਗੀਧਰ ਪਿਤਾ ਜੀ ਦੇ ਦਰਸ਼ਨ ਹੋਏ, ਕਲਗੀਧਰ ਪਿਤਾ ਜੀ ਆਏ ਤਾਂ ਮੈਂ ਇਹ ਖੇਸ ਉਹਨਾਂ ਨੂੰ ਭੇਟਾ ਕਰਾਂਗੀ। ਮਨ ਵਿੱਚੋਂ ਅਰਦਾਸਾਂ ਕਰਦੀ ਹੁੰਦੀ ਸੀ, ਗੁਰੂ ਸਾਹਿਬ ਜੀ ਮੇਰੀ ਕੋਈ ਔਲਾਦ ਨਹੀਂ ਹੈ, ਕਾਸ਼ ਕਿਤੇ ਮੇਰੀ ਵੀ ਕੋਈ ਔਲਾਦ ਹੁੰਦੀ, ਮੈਂ ਵੀ ਆਪਣੇ ਪੁੱਤਰ ਨੂੰ ਲੈ ਕੇ ਦਰਸ਼ਨ ਕਰਨ ਅਨੰਦਪੁਰ ਸਾਹਿਬ ਜਾਂਦੀ ਜਾਂ ਤਲਵੰਡੀ ਸਾਬੋ ਦਰਸ਼ਨ ਕਰਨ ਜਾਂਦੀ, ਬਾਕੀ ਸਾਰੇ ਜਾਂਦੇ ਹਨ। ਹੁਣ ਜਦੋਂ ਗੁਰੂ ਸਾਹਿਬ ਜੀ ਆ ਰਹੇ ਹਨ, ਭਾਈ ਰਾਮ ਸਿੰਘ ਜੀ ਅੱਗੋ ਅੱਗੇ ਗੁਰੂ ਸਾਹਿਬ ਜੀ ਨੂੰ ਲੈ ਕੇ ਆ ਰਹੇ ਹਨ, ਇਹ ਮਾਈ ਆਪਣੇ ਦਰਵਾਜ਼ੇ ਦੇ ਕੋਲ ਖੇਸ ਆਪਣੀ ਚੁੰਨੀ ਦੇ ਥੱਲੇ ਲੁਕਾ ਕੇ ਤਾਂ ਖੜੀ ਹੈ ਦਰਵਾਜ਼ੇ ਦੇ ਪਿੱਛੇ, ਜਿੱਥੋਂ ਇਹ ਗੁਰੂ ਸਾਹਿਬ ਜੀ ਦੇ ਦਰਸ਼ਨ ਤੇ ਕਰ ਸਕੇ। ਹੁਣ ਜਦੋਂ ਗੁਰੂ ਸਾਹਿਬ ਆ ਰਹੇ ਹਨ, ਗੁਰੂ ਸਾਹਿਬ ਇੱਥੇ ਖਲੋ ਜਾਂਦੇ ਹਨ ਘਰ ਦੇ ਬਾਹਰ। ਭਾਈ ਰਾਮ ਸਿੰਘ ਜੀ ਕਹਿੰਦੇ ਹਨ, ਗੁਰੂ ਸਾਹਿਬ ਜੀ ਹੋਰ ਅੱਗੇ ਆਪਣਾ ਘਰ ਇਸ ਤੋਂ ਅਗਲਾ ਹੈ, ਪਰ ਗੁਰੂ ਸਾਹਿਬ ਜੀ ਇਕੱਲੇ ਹੀ ਰਵਾਂ ਰਵੀ ਦਰਵਾਜ਼ਾ ਵੜ ਜਾਂਦੇ ਹਨ। ਅੰਦਰ ਮਾਈ ਦੇਸਾਂ ਜੀ ਖਲੋਤੇ ਹਨ ਆਪਣਾ ਖੇਸ ਲੈ ਕੇ, ਉਸੇ ਵੇਲੇ ਚਰਨਾਂ 'ਤੇ ਡਿੱਗ ਪੈਂਦੇ ਹਨ। ਗੁਰੂ ਸਾਹਿਬ ਆਸ਼ੀਰਵਾਦ ਦਿੰਦੇ ਹਨ, ਇਸ ਮਾਈ ਕੋਲੋਂ ਆਪਣਾ ਖੇਸ ਆਪ ਫੜ ਲੈਂਦੇ ਹਨ। ਕਹਿੰਦੇ ਲਿਆਓ ਮਾਤਾ ਜੀ ਸਾਡੀ ਭੇਟਾ, ਅਤੇ ਨਾਲ ਹੀ ਕਹਿੰਦੇ ਮਾਤਾ ਜੀ ਅਸੀਂ ਕੱਲ੍ਹ ਨੂੰ ਤੁਹਾਡੇ ਘਰ ਪ੍ਰਸ਼ਾਦਾ ਛਕਣ ਆਵਾਂਗੇ। ਇੰਨਾ ਕਹਿ ਕੇ ਕਲਗੀਧਰ ਪਿਤਾ ਜੀ ਵਾਪਸ ਗਲੀ ਦੇ ਵਿੱਚ, ਤਾਂ ਫਿਰ ਰਾਮ ਸਿੰਘ ਜੀ ਦੇ ਘਰ ਆ ਗਏ। ਇਹ ਮਾਈ ਦੇਸਾਂ ਦਾ ਘਰ ਹੈ, ਉੱਤੇ ਚੁਬਾਰਾ ਹੈ, ਚੁਬਾਰਾ ਸਾਂਝਾ ਹੈ 3 ਘਰਾਂ ਦਾ।
ਪਰ ਚਬਾਰੇ ਨੂੰ ਜਿਹੜੀਆਂ ਕੱਚੀਆਂ ਪੌੜੀਆਂ ਚੜ੍ਹਦੀਆਂ ਹਨ ਉਹ ਭਾਈ ਬਖਤੂ ਤੇ ਤਖਤੂ ਦੇ ਘਰ ਵੱਲੋਂ ਚੜ੍ਹਦੀਆਂ ਹਨ। ਪਰ ਭਾਈ ਰਾਮ ਸਿੰਘ ਨੇ ਕੀ ਕੀਤਾ ਕਿ ਉਹ ਪੌੜੀਆਂ ਨਹੀਂ ਵਰਤੀਆਂ ਤਾਂ ਆਪਣੇ ਘਰ ਵਿੱਚੋਂ ਜਿਹੜੀ ਆਪਾਂ ਲੱਕੜ ਦੀ ਪੌੜੀ ਡੰਡਿਆਂ ਵਾਲੀ ਆਪਣੇ ਘਰਾਂ 'ਚ ਵਰਤਦੇ ਹਾਂ ਉਹ ਪੌੜੀ ਲਾ ਕੇ ਗੁਰੂ ਸਾਹਿਬ ਜੀ ਨੂੰ ਚਬਾਰੇ ਦੇ ਅੰਦਰ ਬਿਠਾਇਆ। ਉੱਥੇ ਗੁਰੂ ਸਾਹਿਬ ਜੀ ਨੇ ਲੰਗਰ ਛਕਿਆ। ਜਦੋਂ ਗੁਰੂ ਸਾਹਿਬ ਜੀ ਟਹਿਲ ਦੇ ਬਾਹਰ ਨਿਕਲੇ ਤਾਂ ਉਹਨਾਂ ਦੇਖਿਆ ਪੌੜੀਆਂ ਤਾਂ ਕੱਚੀਆਂ ਭਾਈ ਬਖਤੂ ਦੇ ਤਖਤੂ ਦੇ ਘਰ ਵੱਲੋਂ ਆਉਂਦੀਆਂ ਸਨ। ਗੁਰੂ ਸਾਹਿਬ ਕਹਿੰਦੇ, ਰਾਮ ਸਿਆ ਇਹ ਕੀ ਗੱਲ, ਤੇਰੇ ਘਰ 'ਚ ਉਧਰੋਂ ਪੌੜੀਆਂ ਚੜ੍ਹਦੀਆਂ ਸਨ ਪਰ ਤੂੰ ਸਾਨੂੰ ਕਾਠ ਦੀ ਲੱਕੜੀ ਦੀ ਪੌੜੀ ਰਾਹੀਂ ਇੱਥੇ ਚੜ੍ਹਾ ਕੇ ਲਿਆਇਆ ਹੈ। ਸਿਆਣਾ ਹੋ, ਖਾਲਸੇ ਨੇ ਸ਼ਰੀਕਾਬਾਜ਼ੀ ਨਹੀਂ ਕਰਨੀ, ਵੈਰ ਵਿਰੋਧ ਨਹੀਂ ਕਰਨੀ, ਹਉਮੈ ਨਹੀਂ ਕਰਨੀ। ਭਾਈ ਰਾਮ ਸਿੰਘ ਜੀ ਨੇ ਮਾਫ਼ੀ ਮੰਗੀ। ਹੁਣ ਰਾਤ ਨੂੰ ਸੰਗਤ ਜੀ ਗੁਰੂ ਸਾਹਿਬ ਇਸੇ ਚਬਾਰੇ ਵਿੱਚ ਰੁਕੇ ਸਨ। ਅਗਲੇ ਦਿਨ ਗੁਰੂ ਸਾਹਿਬ ਜੀ ਨਿਤਨੇਮ ਤੋਂ ਜਦੋਂ ਸਵੇਰੇ ਵਿਹਲੇ ਹੋਏ ਤਾਂ ਉਹ ਪੌੜੀਆਂ ਲੈ ਕੇ ਦੂਜੇ ਪਾਸੇ ਭਾਈ ਬਖਤੂ ਸਿੰਘ ਅਤੇ ਤਖਤੂ ਸਿੰਘ ਜੀ ਦੇ ਘਰੇ ਉੱਤਰ ਗਏ। ਉਸ ਪਰਿਵਾਰ ਨੇ ਛੇਤੀ ਛੇਤੀ ਦੇ ਨਾਲ ਉੱਥੇ ਪਲੰਘ ਵਿਛਾਇਆ, ਖੇਸ਼ ਵਿਛਾਇਆ, ਗੁਰੂ ਸਾਹਿਬ ਵਾਸਤੇ ਆਸਣ ਤਿਆਰ ਕੀਤਾ, ਗੁਰੂ ਸਾਹਿਬ ਜੀ ਸੱਜੇ, ਸਾਰਾ ਪਰਿਵਾਰ ਗੁਰੂ ਸਾਹਿਬ ਜੀ ਦੇ ਚਰਨੀ ਪਿਆ। ਤਾਂ ਇਹ ਸਾਰਾ ਕੁਛ ਦੇਖ ਕੇ ਕੌਤਕ ਭਾਈ ਰਾਮ ਸਿੰਘ ਅਤੇ ਭਾਈ ਫਤਿਹ ਸਿੰਘ ਵੀ ਉਸ ਘਰ 'ਚ ਚਲੇ ਗਏ। ਇੱਧਰੋਂ ਗੁਰੂ ਸਾਹਿਬ ਇਸ ਘਰ 'ਚੋਂ ਚੜ੍ਹੇ ਸੀ, ਉੱਧਰੋਂ ਪਰਲੇ ਪਾਸੇ ਉੱਤਰ ਗਏ। ਵਿੱਚ ਕੰਧਾਂ ਹਨ ਜਿਹੜੀਆਂ ਮਾਈ ਦੇਸਾਂ ਨੂੰ ਅਲੱਗ ਕਰਦੀਆਂ ਹਨ, ਜਿੱਥੇ ਉਹ ਇਕੱਲੀ ਰਹਿੰਦੀ ਸੀ, ਜਿਹਨੂੰ ਬੁਲਾਇਆ ਨਹੀਂ ਸੀ ਜਾਂਦਾ। ਹੁਣ ਕਲਗੀਧਰ ਪਿਤਾ ਜੀ ਉੱਠਦੇ ਹਨ ਤਾਂ ਦੇਖਦੇ ਹਨ ਜਿਹੜੀ ਕੰਧ ਕੀਤੀ ਸੀ ਮਾਈ ਦੇਸਾਂ ਦੇ ਘਰ ਦੇ ਵਿੱਚ, ਉਹਦੇ ਵਿੱਚ ਜਿਹੜਾ ਦਰਵਾਜ਼ਾ ਛੱਡਿਆ ਸੀ ਉਹ ਵੀ ਕੱਚੀਆਂ ਇੱਟਾਂ ਲਾ ਕੇ ਅਤੇ ਬੰਦ ਕੀਤਾ ਹੋਇਆ ਹੈ। ਆਪਾਂ ਕਰਦੇ ਹਾਂ ਟੈਂਪਰੇਰੀ ਬੰਦ ਜਿਵੇਂ। ਗੁਰੂ ਸਾਹਿਬ ਜੀ ਨੇ ਲੱਤ ਮਾਰ ਕੇ ਉਹ ਇੱਟਾਂ ਸੁੱਟ ਦਿੱਤੀਆਂ ਅਤੇ ਉਹਨਾਂ ਨੂੰ ਕਿਹਾ, ਇਹ ਤੁਹਾਡੀ ਮਾਂ ਲੱਗਦੀ ਹੈ, ਇਸ ਦਾ ਸਤਿਕਾਰ ਕਰੋਗੇ ਅਤੇ ਤੁਸੀਂ ਵੀ ਸਤਿਕਾਰ ਪਾਓਗੇ। ਹੁਣ ਗੁਰੂ ਸਾਹਿਬ ਜੀ ਨੇ ਉਹ ਜਿਹੜੀਆਂ ਨਫ਼ਰਤ ਦੀਆਂ ਕੰਧਾਂ ਢਾਹ ਦਿੱਤੀਆਂ। ਇਹ ਸਾਰੇ ਭਰਾ ਮਾਈ ਦੇਸਾਂ ਦੇ ਵਿਹੜੇ ਵਿੱਚ ਆਏ। ਮਾਈ ਦੇਸਾਂ ਨੇ ਪਲੰਘ ਵਿਛਾਇਆ ਹੋਇਆ ਹੈ ਗੁਰੂ ਸਾਹਿਬ ਜੀ ਦੇ ਬੈਠਣ ਵਾਸਤੇ ਅਤੇ ਪਲੰਘ ਦੇ ਅੱਗੇ ਪ੍ਰਸ਼ਾਦਾ ਤਿਆਰ ਕਰਕੇ ਰੱਖਿਆ ਹੈ ਅਤੇ ਬੈਠੀ, ਪੱਖਾ ਚੱਲ ਰਹੀ ਹੈ, ਅੱਖਾਂ ਬੰਦ ਹਨ। ਗੁਰੂ ਸਾਹਿਬ ਜੀ ਅੰਤਰਜਾਮੀ ਸਤਿਗੁਰੂ ਜੀ ਜਾ ਕੇ ਪਲੰਘ 'ਤੇ ਸੱਜ ਜਾਂਦੇ ਹਨ, ਪ੍ਰਸ਼ਾਦਾ ਛਕਣ ਲੱਗ ਪੈਂਦੇ ਹਨ। ਸਾਰੇ ਹੈਰਾਨ ਹਨ ਕਿ ਪ੍ਰਸ਼ਾਦੇ ਸਾਡੇ ਘਰਾਂ 'ਚੋਂ ਛਕਣੇ ਚਾਹੀਦੇ ਸੀ ਗੁਰੂ ਸਾਹਿਬ ਜੀ ਨੂੰ। ਇਹ ਗੁਰੂ ਸਾਹਿਬ ਇੱਥੇ ਕਿੱਦਾਂ ਆ ਗਏ, ਕਿੱਦਾਂ ਗੁਰੂ ਸਾਹਿਬ ਜੀ ਨੂੰ ਪਤਾ ਸੀ ਇੱਥੇ ਪ੍ਰਸ਼ਾਦਾ ਤਿਆਰ ਹੈ, ਕਿੱਦਾਂ ਮਾਈ ਦੇਸਾਂ ਨੂੰ ਪਤਾ ਸੀ ਕਿ ਗੁਰੂ ਸਾਹਿਬ ਮੇਰੇ ਘਰੇ ਆਉਣਗੇ। ਗੁਰੂ ਸਾਹਿਬ ਜੀ ਨੇ ਮਾਈ ਦੇਸਾਂ ਨੂੰ ਭਾਗ ਲਾਏ। ਸੰਗਤ ਜੀ, ਜਿਸ ਕਮਰੇ ਵਿੱਚ ਗੁਰੂ ਸਾਹਿਬ ਜੀ ਸੱਜੇ ਸਨ, ਆਹ ਪੌੜੀਆਂ ਜਾ ਰਹੀਆਂ ਹਨ ਥੱਲੇ, ਆ ਬੋਰਡ ਦੇ ਥੱਲੇ ਕਮਰੇ ਦੀ ਐਂਟਰੈਂਸ ਹੈ। ਐਂਟਰੈਂਸ ਦੇ ਉੱਤੇ ਵੀ ਉਹ ਚਗਾਠ ਦਾ ਹਿੱਸਾ ਲੱਕੜ ਦਾ ਲੱਗਾ ਹੋਇਆ ਹੈ। ਅੱਗੇ ਚੱਲ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅੱਜ ਪ੍ਰਕਾਸ਼ ਹੈ। ਜਿਸ ਤਖਤ ਦੇ ਉੱਤੇ ਪ੍ਰਕਾਸ਼ ਹੈ ਸੰਗਤ ਜੀ, ਇਹ ਉਹ ਹੀ ਤਖਤ ਪਲੰਘ ਹੈ, ਇਹ ਉਹ ਹੀ ਮੰਜਾ ਹੈ ਜਿਸ ਦੇ ਉੱਤੇ ਕਲਗੀਧਰ ਜੀ ਬੈਠੇ ਸਨ। ਇਸ ਮੰਜੇ ਦਾ ਵਾਣ ਉਹ ਲਾਹ ਦਿੱਤਾ ਗਿਆ ਸੀ ਅਤੇ ਨਵੀਂ ਇਹਦੀ ਬੁਣਤੀ ਕੀਤੀ ਗਈ ਹੈ। ਉਹ ਵਾਣ ਦੇ ਦਰਸ਼ਨ ਆਪ ਜੀ ਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਕਰਾਵਾਂਗੇ। ਫਿਰ ਇਹ ਪਲੰਘ ਦੇ ਉੱਤੇ ਗੁਰੂ ਸਾਹਿਬ ਜੀ ਬੈਠੇ, ਅੱਜ ਵੀ ਇਹਦੇ ਉੱਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਬੈਠਦੇ ਹਨ। ਸੰਗਤ ਜੀ, ਆ ਛੋਟਾ ਜਿਹਾ ਕਮਰਾ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਗਲੀ ਦੇ ਲੈਵਲ ਤੋਂ ਕਾਫ਼ੀ ਨੀਵਾਂ ਹੈ, ਕਿਉਂਕਿ ਉਦੋਂ ਘਰਾਂ ਦੀ ਬਣਤਰ ਵੀ ਇੱਦਾਂ ਹੁੰਦੀ ਸੀ ਅਤੇ ਕੁਛ ਅੱਜ ਕੱਲ੍ਹ ਮਿੱਟੀ ਦੀ ਭਰਤੀ ਪੈ ਕੇ ਘਰ ਉੱਚੇ ਹੋ ਗਏ ਹਨ। ਜਿਹੜਾ ਬਾਹਰ ਚੁੱਲ੍ਹਾ ਸ਼ੁਰੂ 'ਚ ਦਿਖਾਇਆ ਸੀ ਆਪ ਜੀ ਨੂੰ, ਉਹ ਵੀ ਪਹਿਲਾਂ ਨੀਵਾਂ ਸੀ, ਹੈ ਅਸਲੀ ਚੁੱਲ੍ਹਾ, ਪਰ ਉਸੇ ਚੁੱਲ੍ਹੇ ਨੂੰ ਫਿਰ ਜਦੋਂ ਭਰਤ ਪਈ ਚੁੱਕ ਕੇ ਉੱਚਾ ਕਰ ਦਿੱਤਾ ਗਿਆ। ਹੁਣ ਇਹ ਜਿਹੜਾ ਕਮਰਾ ਤੁਸੀਂ ਦੇਖ ਰਹੇ ਹੋ, ਇਹ ਮਿੱਟੀ ਦੀਆਂ ਕੰਧਾਂ ਉੱਦਾਂ ਦੀਆਂ ਉੱਦਾਂ ਹੀ ਹਨ ਉਸ ਸਮੇਂ ਤੋਂ। ਇਸ ਦੇ ਉੱਪਰ ਜਿਹੜੀ ਇਹਦੀ ਛੱਤ ਤੁਸੀਂ ਦੇਖ ਰਹੇ ਹੋ, ਇਹਦੇ ਥੱਲੇ ਇੱਕ ਵੱਡਾ ਸਾਰਾ ਸ਼ਤੀਰ ਜਿਹੜਾ ਪਿਆ ਹੈ, ਉਸ ਨੂੰ ਮਲਵਈ ਭਾਸ਼ਾ ਵਿੱਚ ਲਟੈਣ ਕਹਿੰਦੇ ਹਨ। ਫਿਰ ਜਿਹੜੀਆਂ ਛੋਟੀਆਂ ਲੱਕੜਾਂ ਹਨ ਉਹਨੂੰ ਕੜੀਆਂ, ਫਿਰ ਉੱਪਰ ਖਿੱਪ, ਇਹ ਇੱਥੋਂ ਦੀ ਟ੍ਰੈਡੀਸ਼ਨਲ ਛੱਤ ਹੈ। ਜਿਹੜੀ ਅਸਲੀ ਛੱਤ ਇੱਦਾਂ ਦੀ ਪਾਈ ਜਾਂਦੀ ਹੁੰਦੀ ਸੀ, ਅੱਜ ਵੀ ਇਹ ਛੱਤ ਉੱਦਾਂ ਦੀ ਉੱਦਾਂ ਹੀ ਹੈ। ਇਸ ਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ। ਇਸ ਬੁਰਜ ਨੂੰ ਬਚਾਉਣ ਵਾਸਤੇ ਆਪ ਜੀ ਦੇਖ ਸਕਦੇ ਹੋ ਕਮਰੇ 'ਚੋਂ ਚਾਰ ਥੰਮ ਕੱਢੇ ਹਨ। ਇਹ ਥੰਮ ਵਿੱਚੋਂ ਚੁੱਕ ਕੇ ਚਾਰ ਬੁਰਜ ਦੇ ਅੰਦਰੋਂ ਨਿਕਲਦੇ ਹਨ, ਚਾਰ ਬੁਰਜ ਦੇ ਬਾਹਰੋਂ ਨਿਕਲਦੇ ਹਨ, ਜਿਨ੍ਹਾਂ ਦੇ ਉੱਤੇ ਇਹ ਬਿਲਡਿੰਗ ਵੱਡੀ ਗੁਰਦੁਆਰਾ ਸਾਹਿਬ ਵਾਲੀ ਖਿਲਾਰੀ ਗਈ ਹੈ ਤਾਂ ਜੋ ਇਸ ਨੂੰ ਸੰਭਾਲਿਆ ਜਾ ਸਕੇ। ਹੁਣ ਇੱਕ ਗੱਲ ਹੋਰ ਹੈ ਸੰਗਤ ਜੀ, ਇਹ ਤਾਂ ਤੁਸੀਂ ਸਾਰੇ ਦਰਸ਼ਨ ਕਰ ਹੀ ਲਏ ਕਮਰੇ ਦੇ। ਇਸ ਕਮਰੇ ਦੇ ਉੱਤੇ ਜਿਹੜਾ ਚੁਬਾਰਾ ਸੀਗਾ, ਇਹ ਵੀ ਇੱਕ ਵਾਰ ਕਹਿੰਦੇ ਬਹੁਤ ਗੜੇਮਾਰ ਹੋਈ ਤਾਂ ਉਦੋਂ ਇਹ ਚੁਬਾਰੇ ਦੀ ਛੱਤ ਡਿੱਗ ਪਈ, ਕੰਧਾਂ ਜਿਹੜੀਆਂ ਸੀ ਉਹ ਖੜੀਆਂ ਰਹੀਆਂ,
फिर जदों ये निशानी नू खत्म करन वास्ते कुछ माड़ी नीत दे लोकां ने वह कंधा ढाउणियां शुरू कीतियां, पानी पाउणा शुरू किया, पर जिन्हों गुरु साहब ने बचाउणा सी बचा लिया। अज ये कंधा भावें छत तो थोड़ियां नीवियां नीवियां हन, पर भाई जसबीर सिंह जिहड़े इत्थे इस वेले सेवा कराउंदे हन उन्हां दस्सिया कि ये असली कंधा हन, उदां दियां उदां ही। उत्ते फिर गुरद्वारा साहब जी का लेंटर पिया है, तो उपर जाके धन धन श्री गुरु ग्रंथ साहब जी महाराज जी का प्रकाश है। संगत जी, तो क्योंकि माता की इच्छा सी मेरा कोई पुत्र हुंदा, भाई फतेह सिंह जी का पंजवां पुत्र भाई संगू सिंह वह छोटा जिहा सी अजे जिसनों कलगीधर पिता जी ने माई देसां दी गोद विच पा दिता। कहिंदे ये अज तो तुहाडा पुत्र है, माई देसां दा उसने पुत्र बन के विखाया। पर भाई संगू सिंह दी अगे कोई औलाद नहीं होई, तां उस तों बाद च फिर माई देसां जी अपने भरा प्रिथा सिंह दा पुत्र सुखा सिंह उसनू इत्थे लै आई, तां अपना इत्थे पुत्र बना लिया। उसे सुखा सिंह जी दी अगे अंश वंश भाई जसवीर सिंह जी हैं जिहड़े इत्थे देख रेख करते हैं। संगत जी, ये इस महान अस्थान का महान इतिहास है। माई देसां जी का बुरज अज चक फतेह सिंह वाला पिंड दे बिल्कुल विचकार है। इत्थे भाई फतेह सिंह जी का एक खूह भी है जिहड़ा रस्ते विच पैंदा है। यह जिहड़ा बुरज है यह बहुत थोड़े जे थां दे विच गुरद्वारा साहिब बनिया होया है, पर सब तो वड्डी खुशी वाली गल है कि यह पुरातन सरूप दे विच ओह जिहड़ा कमरा उदां दा उदां ही संभालिया होया है, वह पलंग संभालिया होया है। तो गुरु साहिब कृपा करन इत्थों सानू साडे पंथ नू कार सेवा वालियां नू खास तौर दे उत्ते इह सिक्ख्या लैणी चाहीदी है कि जे साडी नीयत सही होवे तां पुरातन चीज़ां बचाईयां जा सकदियां हन। इमारतां उत्ते उच्चियां पास्यों थम कढ के जां इमारतां पास्यां ते बणाईयां जा सकदियां हन। गुरु साहिब जी दीआं निशानियां दा कतल करके गुरु घर बनाउणे मैनूं लगदा इह सही काम नहीं है। संगत जी, आप कभी भी बठिंडे वाल आओ, पुछो पुछो तो अगे चक फतेह सिंह वाला पुछ के तां बुरज माई देसां दे दर्शन जरूर करन आउणा। होईआं भुल्लां दी मुआफ़ी। वाहिगुरू जी का खालसा, वाहिगुरू जी की फतेह।